feeling. ਕਾਦੇ ਵੀ ਇਸ ਪ੍ਰਕਾਰ ਦੀਆਂ ਪਈ
स्टैंड छोटा कर दो साइड पे ऊपर रख दिया हेलो ऊपर रख दिया ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਜੀ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਚੜੇ ਤਾਂ ਨਾਰੇ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਈ
ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਨਿਰਮਾਣਾ ਦੇ ਮਾਨ ਤਾਣ ਦੇ ਤਾਣ ਨਾਲ ਟੇਕ ਰੋੜ ਸੱਚੇ ਪਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਕਮਲਾਂ ਪਾ ਅਰਦਾਸ ਬੇਨਤੀ ਹੈ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਸੀਂ ਪਾਸ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਹਾਂ ਸੱਚ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ ਬਖਸ਼ ਕੀਤੀ ਹੈ ਰਹਿਮਤ ਕੀਤੀ ਹੈ ਦਰ ਕਾਲ ਕੀਰਤਵਾਨ ਸਰਦਾਰ ਮੱਖਣ ਸਿੰਘ ਦੇ ਸਮੁੱਚੇ ਪਰਿਵਾਰ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸੋਹਣੇ ਮੰਦਰ ਮਕਾਨ ਘਰ ਦੀ ਬਖਸ਼ਿਸ਼ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਮੁੱਚੇ ਪਰਿਵਾਰ ਦੀ ਬੱਚਿਆਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਪਾਵਨ ਪਵਿੱਤਰ ਚਰਨ ਆਪਣੇ ਗ੍ਰਹਿ ਘਰ ਵਿਖੇ ਪੁਆਏ ਹਨ ਮਹਾਰਾਜ ਆਪ ਦੇ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਹਰਿਮੰਦਰਾਂ ਤੋਂ ਚੱਲ ਕੇ ਸੇਵਕਾਂ ਦੇ ਘਰ ਪਹੁੰਚੇ ਹਨ ਰਸਤੇ ਵਿੱਚ ਆਉਂਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਤੋਂ ਸਮੱਤ ਬਖਸ਼ੋ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਮਹਾਰਾਜ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਇਸ ਵੇਲੇ ਸੱਚੇ ਪਾਤਸ਼ਾਹ ਆਪ ਜੀ ਦੇ ਕਮਰ ਕੱਸੇ ਖੋਲੇ ਗਏ ਹਨ ਸਮੁੱਚੇ ਪਰਿਵਾਰ ਨੂੰ ਆਈਆਂ ਸਾਧ ਸੰਗਤਾਂ ਨੂੰ ਆਪਣੇ ਖੁੱਲੇ ਪ੍ਰਕਾਸ਼ਮਈ ਦਰਸ਼ਨ ਦਾਰੇ ਬਖਸ਼ਿਸ਼ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਕਿਰਪਾ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਣੇ ਹਨ ਸ੍ਰੀ ਸੁਖਮਨੀ ਸਾਹਿਬ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਪਾਠੀ ਸੇਵਕਾਂ ਦੇ ਸੀਸ ਤੇ ਮੇਲ ਪ੍ਰਿਆ ਹੱਥ ਰੱਖ ਕੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਸਮੁੱਚੇ ਪਰਿਵਾਰ ਨੂੰ ਸੇਵਾਦਾਰਾਂ ਨੂੰ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸੇਵਾ ਕਰਨ ਦਾ ਬਲ ਬਖਸ਼ਣਾ ਕਿਰਪਾ ਕਰੋ ਬਖਸ਼ੋ ਆਗਿਆ ਹੁਕਮਨਾਮੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਜਿਨ੍ਹਾਂ ਭਾਵਨਾ ਕਰਕੇ ਮਨੋਰਥ ਕਰਕੇ ਕਾਰਜਾਂ ਕਰਕੇ ਮਨ ਦੇ ਵਿੱਚ ਧਾਰ ਕੇ ਸੇਵਕਾਂ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਮਹਾਰਾਜ ਗੁਰਮਤਿ ਅਨੁਸਾਰ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸ਼ੁਭ ਕਾਜ ਰਾਸ ਕਰਨੇ ਬਖਸ਼ੋ ਅਸੀਂ ਖੱਤੇ ਬਹੁਤ ਕਮਾਉਂਦੇ ਅੰਤਨੀ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੁਣ ਪਾਪੀ ਵੱਡ ਗੁਨੇਗਾਰ ਬਖਸ਼ੋ ਅੱਗੇ ਪਿਆਰੇ ਮੇਲੋ ਮਹਾਰਾਜ ਜਿਨ੍ਹਾਂ ਮੇਲਾ ਨਾਮ ਚਿੱਤੇ ਆਵੇ ਜੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਚੱਲ ਗ੍ਰੀਨ ਸਕੇ ਪਾਤਸ਼ਾਹ
رب کو سمرت
يا
يا رب
I
ਥੋੜਾ ਬੜਾਏਗਾ Thank you.
Thank you.
أنا
Thank you, we all.
انا من بابا كبير جانا ما كان بابا توري بيتا ¡Gracias!
ها
I'm
ਕਾਫੀ ਪੀ ਰਹੀ ਆ ਕਿ ਵੀ ਮੇਕੇ ਨਾਲ ਜਿੰਨੇ ਉਧਰ ਨੇ ਉਧਰ ਦੀ ਆ ਰਹੇ ਨੇ ਮੇਰੇ ਨਾਲ ਕਿ ਵੀ ਜਵਾਖਾ ਦੇ ਨਾਲ ਕਿ ਵੀ ਪੜਦਿਆਂ ਦੇ ਮਗਰ ਦੀ ਆ ਰਹੇ ਨੇ ਉਹ ਕਹਿੰਦੇ ਲੋਕੇਸ਼ਨ ਉਧਰ ਦੀ ਸਭ ਤੋਂ ਨੇੜੇ ਹੁੰਦੀ ਆ ਜਿੰਨੂੰ ਲੋਕੇਸ਼ਨ ਭੇਜੀ ਆ ਗਲੀ ਦੀ ਹੁੰਦੀ ਆ
ਵਧੀਆ ਸੰਬੰਧ ਕੱਟੇ ਪਰ ਨਹੀਂ ਪਤਾ ਕੀ ਆ ਨਹੀਂ ਉਹ ਤਾਂ ਕੀ ਆ
I
Thank you.
ਇਧਰ ਕਰ
Thank you.
I'm going to try to level up.
Thank you.
Thank you.
I'm going to have to go to the hospital.
ترجمة
I'm
ਕੌਣ ਨਾਮ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਜਿਵੇਂ ਤਾਪ ਕੁਮਾਰ ਮਹਾਰਾਜ ਦੁਖਾਂਤਾ
ਸੁਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰਨ ਪ੍ਰਸਾਦ ਮਹਾਰਾਜ ਜਿਨ੍ਹਾਂ ਵੀ ਭਾਵਨਾਵਾਂ ਕਰਕੇ ਰੋਲਥਾਂ ਕਰਕੇ ਕਾਰਜਾਂ ਕਰਕੇ ਸੇਵਕਾਂ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਰੋਟਾ ਸਰਾ ਲਿਆ ਹੈ ਗੁਰਮਤ ਅਨੁਸਾਰ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸ਼ੁਭ ਕਾਰਜ ਰਾਸ ਕਰਨੇ ਸੇਵਕ ਪਰਿਵਾਰ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦਾ ਮੁਖਣ ਸਿੰਘ ਜੀ ਵੱਲੋਂ ਆਪ ਜੀ ਦੇ ਗੁਰੂ ਦਰਸ਼ਨ ਭੇਟਾ ਪਾਠ ਭੇਟਾ ਕੀਰਤਨ ਭੇਟਾ ਮਾਇਆ ਪੰਡਿਤ ਜੀ ਮਾਲਾ ਸਾਹਿਬ ਦੀ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਠੀ ਸੇਵਕਾਂ ਜੀ ਕੀਰਤਨ ਵਾਲੇ ਸੇਵਕਾਂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਬਹੁਤ ਭੇਟ ਕੀਤੇ ਹਨ ਮਹਾਰਾਜ ਸਮੁੱਚੇ ਸੇਵਕਾਂ ਦੀ ਸੇਵਾ ਦਾ ਪ੍ਰਵਾਨ ਕਰਦੇ ਹੋਏ ਅਨੇਕ ਮਾਇਆ ਬਰਕਤਾਂ ਪਾਉਣੀਆਂ ਕਰਕੇ ਮਾਇਆ ਜਵਾਬੇ ਪਾਉਣੀਆਂ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਆਪਣੇ ਚਰਨਾਂ ਕਰਮਾਂ ਦਾ ਪਿਆਰ ਬਖਸ਼ ਕਰਨਾ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਕੀਤੀ ਹੈ ਜਿੱਥੇ ਜਾਇ ਜਾਇ ਜਿਹੜਾ ਸਤਿਗੁਰੂ ਸੋ ਥਾਮ ਸੁਹਾਵਾ ਆਪ ਜੀ ਨੇ ਸੇਵਕਾਂ ਦੇ ਘਰ ਨੂੰ ਚਰਨ ਪਾ ਕੇ ਪ੍ਰਗਟ ਕੀਤਾ ਸੰਗਤਾਂ ਦੇ ਚਰਨ ਪਾ ਕੇ ਘਰ ਨੂੰ ਪ੍ਰਗਟ ਕੀਤਾ ਮਹਾਰਾਜ ਸੇਵਕ ਪਰਿਵਾਰ ਨੂੰ ਭੁਗਤਾਨ ਹੋ ਧੰਨਵਾਦ ਕੀਤਾ ਜਾਂਦਾ ਹੈ ਖੁਸ਼ੀ ਮਹਤਾਬ ਮਾਲਾ ਖੁਸ਼ੀਆਂ ਪਾਸ਼ੀ ਨੇ ਜੇ ਸਾਧੂ ਨਾਇਰ ਕਰੇ ਨਿਮਕ ਏਕ ਹਰਮਾਨ ਦੇ ਰਮਾਨ ਹਮ ਸੀਤਲ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਸੇਵਕਾਂ ਦੇ ਬੱਚਿਆਂ ਦੇ ਵਿਦੇਸ਼ ਵਿੱਚ ਬੱਚੇ ਰਹੇ ਹਨ ਚੜ੍ਹਦੀ ਕਲਾ ਹਨ ਸੰਸਾਰੀ ਹੋਣਾ ਹਰ ਨਾਮ ਫਤਿਹ ਚੜ੍ਹਦੀ ਕਲਾ ਬਖਸ਼ਾ ਕਰਨੀ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਵੱਲੋਂ ਬਾਕੀਆਂ ਹੋਈਆਂ ਰਾਤਾਂ ਵਿੱਚੋਂ ਪੰਜਾਬ ਟੱਕੜਾ ਪ੍ਰਸ਼ਾਦ ਦੇ ਆ ਗਿਆ ਹੈ ਲੰਗਰ ਆ ਗਿਆ ਹੈ ਪ੍ਰਕਾਰ ਭੋਜਨ ਰੋਕੀਏ ਬਹੁਤ ਜਨ ਮਸਾਈ ਕਈ ਪਾਠ ਸਾਹਿਬ ਸੋਚ ਚੰਦਰਾ ਹੁੰਦਾ ਭੋਗਦਾ ਜਿਵੇਂ ਭੋਗ ਲਿਆ ਲੰਗਰ ਪ੍ਰਸ਼ਾਦ ਸੰਗਤ ਵਰਤੇ ਜੋ ਛਕੇ ਆਪਣਾ ਨਾਮ ਦੇਵੇ ਜਿਹਨਾਂ ਭੰਡਾਰਿਆਂ ਵਿੱਚੋਂ ਰਸਦਾਂ ਬੱਸਾਂ ਵਿੱਚੋਂ ਦੇਵਗਾ ਲੰਗਰ ਕਾਰਜ ਆਏ ਹਨ ਭੰਡਾਰੇ ਕਪੂਰ ਕਰਨੇ ਕਾਲ ਕਰਨ ਕਪੂਰ ਕਰਨੇ ਸੰਤਾਂ ਵਿਘਨਾਂ ਮਨਾ ਸੋ ਕਹੋ ਟਰ ਗੁਰ ਸੇਵੀਐ
ਸਹਿਨ ਸੁਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੜੀਏ ਦੁੱਧ ਡਿੱਠੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਿਣ ਨਾਮੈ ਸਭ ਭਰਮ ਦੇ ਨਿਤ ਜਗ ਤੋਤਾ ਸੰਸਾਰ ਮਨਮੁਖ ਕਰਮ ਕਮਾਵਣੇ ਮੈਂ ਦੁਗਬਾਰ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਣੇ ਮੈਂ ਦੁਗਬਾਰ ਗੁਰਮੁਖ ਅੰਮ੍ਰਿਤ ਪੀਵਣ ਨਾਨਕ ਸ਼ਬਦ ਵਿਚਾਰ ਮਹਲਾ ਦੂਜਾ ਸਹਿਜ ਜਾਗੈ ਸਹਿਜ ਸੁਭੈ ਗੁਰਮੁਖ ਅੰਗਨ ਪੁਸਤਕ ਹੋਵੇ ਮਨਮੁਖ ਭਰਮੈ ਸੰਸਾਰ ਅੰਤਰ ਚਿੰਤਾ ਨੀਂਦ ਨ ਸੋਵੇ ਗਿਆਨੀ ਜਾਗਿਆ ਸਵੈ ਸੁਭਾਏ ਨਾਨਕ ਨਾਮ ਰਤਿਆਂ ਬਣ ਜਾਓ ਪੌੜੀ ਸੇ ਹਰ ਨਾਮ ਧਿਆਵੈ ਜੋ ਹਰ ਪਿਆ ਹਰ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਕੱਟਿਆ ਗੁਰਮਤੀ ਦੇ ਲਾਇਆ ਗੁਰਮੁਖ ਰਿਆ ਜੋ ਹਰ ਨਾਮ ਜੋ ਮਨ ਕਹਿ ਸਕ ਆਪਣੇ ਤੇ ਕੋਈ ਕੋਈ ਜਿਹੜਾ ਨਾਨਕਾ ਗੁਰੂ ਮਹਾਰਾਜ ਨੇ ਉਹਨਾਂ ਨੂੰ ਘਰ ਦੀ ਬਖਸ਼ਿਸ਼ ਕੀਤੀ ਹੈ ਤੇ ਪਰਿਵਾਰ ਵੱਲੋਂ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਿਤਾਵਾਂ ਤੋਂ ਸ਼ੁਕਰਾਨਾ ਕਰਦੇ ਹੋਏ ਤਾਜਮਨ ਦੇ ਗਿਆਨਾਂ ਦਾ ਉਚਾਰ ਕਰਨ ਜਾਣਾ ਸੁਰਖੀ ਬਾਣੀ ਆਈ ਵਡੇ ਭਾਗਾਂ ਵਾਲੇ ਨੂੰ
ਗੁਰੂ ਮਹਾਰਾਜ ਦੀ ਪਾਵਨ ਸਰਕਾਰ ਜੀ ਦੇ ਅੰਦਰ ਆਰੀ ਨਾਮ ਬਾਣੀ ਕਰਨ ਕਰਕੇ ਕਿਰਪਾ ਕਰਕੇ ਸਭ ਕਿਰਪਾ ਕਰਨਾ ਜਿਹਨਾਂ ਦੀ ਭਾਵਨਾ ਕਰਕੇ ਮਨੋਰਥਾ ਕਰਕੇ ਕਾਰਜਾ ਕਰਕੇ ਸਰਦਾਰ ਮੱਖਣ ਸਿੰਘ ਜੀ
करें थोड़ा लंबा करें स्टैंड उधर निगाह हमारी ग्रीन है I'm going to go to the hospital.
ਆਹ ਵੀ ਰੱਖੀ ਦਾ ਦੋ ਹਾਂ
ਲਾ ਕੇ ਦੇਖਦਾ ਨਾ ਉਹ ਚੀਜ਼ ਉੱਥੇ ਦੇਖ ਲਗ ਰਿਹਾ ਕਿ ਡਾਰਕ ਹੈ ਜਾਂ ਲਾਈਟ ਹੈ
ਇਹ ਕੰਮ ਨੂੰ ਕਿਹਦੀ ਹੋਈ ਹੈ ਆਜਾ ਬਾਦ ਜਰਾ
جناب بابا تو هنا كله
ਮੈਨੂੰ ਕਹਿੰਦੇ ਉਹਨੂੰ ਸਮਝਾਓ ਮੈਨੂੰ ਨਾ ਪੁੱਛ ਕੇ ਉਹਨੇ ਕਹਿ ਦਿੱਤੀ
ਕੇ ਨਹੀਂ ਮੈਨੂੰ ਨਾ ਗੱਲ ਕਰਦਾ ਮੈਨੂੰ ਤਾਂ ਮੈਨੂੰ ਵਿਚਾਰਾ ਆਇਆ ਸੀ ਉਹ ਬਈ ਮੈਂ ਪੇਪਰ ਦੇਣੇ ਤੇ ਮੈਂ ਕਿਹਾ ਨਾਨੀ ਆਈ ਦਾਦਾ ਬੱਪਾ ਦਵਾਈ ਮੈਂ ਕਿਹਾ 9000 ਦਾ ਮੈਂ ਕਿਹਾ ਨਹੀਂ ਨਹੀਂ ਬਾਕੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਇਹ ਰੋਣਾ ਅਗਲੇ ਦਿਨ ਵੀ ਕਮਿਟਮੈਂਟ ਸੀ ਮੈਂ ਕਿਹਾ ਮੈਂ ਉਹਨੂੰ ਐਵੇਂ ਚੁੱਪ ਕਰਾਈ ਚੁੱਲਾ ਠੀਕ ਹੈ ਯਾਰ ਸਿੱਧੀ ਗੱਲ ਕੰਮ
ਤੁਸੀਂ ਕਿੱਥੇ ਰਹਿੰਦਾ ਮਹੀਨਾ ਕਿੱਥੇ
اشتركوا
ਵਾਹਿਗੁਰੂ ਮਹਾਰਾਜ ਜੀ ਜਾਣਗੇ ਨਾ ਵਾਹਿਗੁਰੂ ਗੁਰੂ ਸਾਹਿਬ ਜੀ ਜਾਣਗੇ ਨਾ ਮੈਂ ਉਹ ਚੀਜ਼ ਸਾਂਭਦਾ ਹੁੰਦਾ ਉੱਥੇ ਗਰੀਨ ਹੈ ਬਾਰ ਬਾਰ ਦੇਖਣਾ ਹੁੰਦਾ ਉੱਪਰ ਜਾ ਕੇ ਦੇਖਿਆ ਚੱਲ ਉੱਥੇ ਆਪਣਾ ਸਾਰਾ ਮੋਬਾਈਲ ਵੀ ਚੱਕ ਲਏ ਚਲ ਕੋਈ ਗੱਲ ਨਹੀਂ ਆ
ايه